اعوذ باللہ من الشیطان الرجیم بسم اللہ الرحمن الرحیم الف لام را اے نے گلاں کتاب روشن دیاں جو اپنا معنی سوکھلا بیان کر دیاں نے اساں اتاریا اے اسنو قران عربی بولی بنا کے تاں تسی سمجھ لاو اچھے طرح اسی بیان کرنے ہیں تیرے اگے سونا بیان کرنا ਇਸ ਤਰ੍ਹਾਂ ਨਾਲ ਜੋ ਤਾਰੇ ਆਸਾਂ ਤੇਰੇ ਵੱਲ ਇੱਕ ਉਰਾਨ ਤੇ ਜ਼ਰੂਰੀ ਤੁਸਾਨੂੰ ਇਹ ਤੋਂ ਪਹਿਲੇ ਖਬਰ ਨਹੀਂ ਸੀ ਜਦ ਆਖਿਆ ਯੂਸਫ ਨੇ ਆਪਣੇ ਪਿਓ ਨੂੰ ਇਹ ਮੇਰੇ ਪਿਓ ਮੈਂ ਜ਼ਰੂਰ ਵੇਖੇ ਨੇ 11 ਤਾਰੇ ਤੇ ਸੂਰਜ ਤੇ ਚੰਨ ਵੇਖਿਆ ਮੈਂ ਉਹਨਾਂ ਨੂੰ ਮੈਨੂੰ ਸਜਦਾ ਕਰਦੇ ਨੇ ਆਖਿਓ ਸੁ ਇਹ ਮੇਰੇ ਬੱਚੜੇ ਨਾ ਦੱਸੀ ਸੁਪਨਾ ਆਪਣਾ ਆਪਣੇ ਭਰਾਵਾਂ ਅੱਗੇ फिर दा लान गैनू कोई दा का दुश्मन है इसे खुला खुला। तरह खाब देख तू बुजुर्गी तेनू मुराद लभनी ते पूरी करेगा कर अपनी तेरे ते याकूब की औलाद उत्ते ज्यो ओ पूरी की तो सू तेरे प्यो दादे उलो इब्राहिम इस ਤੇਰਾ ਰਬ ਜ਼ਰੂਰ ਜਾਣਨ ਵਾਲਾ ਹੈ ਹਕਮਤਾ ਵਾਲਾ ਜ਼ਰੂਰ ਹੈ ਯੂਸਫ ਤੇ ਉਹਦੇ ਭਰਾਵਾਂ ਦੇ ਕਿਸੇ ਵਿੱਚ ਨਿਸ਼ਾਨੀਆਂ ਪੁੱਛਣ ਵਾਲਿਆਂ ਲਈ ਭਰਾਵਾਂ ਆਪਣੇ ਵਿੱਚ ਜਦਾਖਿਆ ਯੂਸਫ ਤੇ ਉਹਦਾ ਭਰਾਵ ਬਦੇ ਜੇ ਪਿਆਰੇ ਨੇ ਸਾਡੇ ਪਿਓ ਨੂੰ ਤੇ ਅਸੀਂ ਹਾਂ ਜਣੇ ਜ਼ੋਰ ਵਾਲੇ ਜ਼ਰੂਰ ਸਾਡਾ ਪਿਓ ਹੈ ਸਾਫ ਗਲਤੀ ਵਿੱਚ ਜਿ ਐਸਾ ਲਾਇਕ ਕਰਨ ਹਾਲ ਇਤਨਾ ਪਿਆਰ ਨਹੀਂ ਕਰਦਾ ਜਿੰਨਾ ਦੋਮਾ ਛੋਟਿਆਂ ਨਾਲ ਕਰਦਾ ਚਲੋ ਜਾਨੋ ਮਾਰ ਦਿਓ ਯੂਸਫ ਨੂੰ ਜਾਂ ਸੁੱਟ ਦਿਓ ਉਹਨੂੰ ਕਿਸੇ ਐਸੀ ਜ਼ਮੀਨ ਵਿੱਚ ਜਿੱਥੋਂ ਮੁੜ ਕੇ ਘਰ ਆਉਣ ਦਾ ਰਾਹ ਨਾ ਜਾਣਦਾ ਹੋਵੇ ਵੱਖਰਾ ਰਹਿ ਜਾਏਗਾ ਮੂਹ ਤੁਹਾਡੇ ਪਿਓ ਦਾ ਤੇ ਫਿਰ ਇਹ ਕੰਮ ਕਰ ਲੈਣ ਦੇ ਪਿੱਛੋਂ ਨੇਕ ਲੋਕ ਬਣ ਜਾਣਾ ਆਖਿਆ ਇੱਕ ਆਖਣ ਵਾਲੇ ਨੇ ਉਹਨਾਂ ਵਿੱਚੋਂ ਜੇ ਤੁਸੀਂ ਕੁਝ ਕਰਨਾ ਹੀ ਹੈ ਤਾਂ ਜਾਨੋ ਨਾ ਮਾਰੋ ਯੂਸਫ ਨੂੰ ਤੇ ਸੁੱਟ ਦਿਓ ਉਹਨੂੰ ਕਿਸੇ ਅੰਨੇ ਖੂਬੇ ਚੁੱਕ ਲੈ ਜਾਣਗੇ ਉਹਨੂੰ ਕੋਈ ਰਾਈ ਤੇ ਇਹ ਮਤਾ ਪਕਾ ਕੇ ਪਿਓ ਕੋਲ ਗਏ ਤੇ ਆਖਿਓ ਨੇ ਇਹ ਪਿਓ ਸਾਡੇ ਕੀ ਹੋ ਗਿਆ ਤੈਨੂੰ ਵਸਾ ਨਹੀਂ ਕਰਨਾ ਸਾਡਾ ਯੂਸਫ ਉੱਤੇ ਤੇ ਅਸੀਂ ਜ਼ਰੂਰ ਉਹਦਾ ਭਲਾਚਾਰ ਮਾਲੇ ਆਂ ਕੱਲ ਉਹਨੂੰ ਨਾਲ ਸਾਡੇ ਭਲਕੇ ਕੁਝ ਖਾਵੇ ਤੇ ਖੇਡੇ ਤੇ ਅਸੀਂ ਜ਼ਰੂਰ ਉਹਦੇ ਰੱਖੇ ਆਂ ਆਖਲ ਲਗਾ ਮੈਨੂੰ ਜ਼ਰੂਰ ਹੀ ਗਮ ਲੱਗਦਾ ਏ ਇਸ ਦਾ ਜੋ ਲੈ ਜਾਓ ਤੁਸੀਂ ਉਹਨੂੰ ਤੇ ਮੈਂ ਡਰਨਾ ਜੋ ਖਾ ਜਾਏ ਉਹਨੂੰ ਬਗਿਆੜ ਤੇ ਤੁਸੀਂ ਉਸ ਤੋਂ ਬੇਸੁਰਤ ਹੋਵੋ ਆਖਿਓ ਨੇ ਜੇ ਖਾ ਗਿਆ ਉਹਨੂੰ ਬਗਿਆੜ ਤੇ ਅਸੀਂ ਜਣੇ ਜ਼ੋਰ ਵਾਲੇ ਅਸੀਂ ਤਾਂ ਜ਼ਰੂਰ ਕਾਟੇ ਵਾਲੇ ਨਕਮੇ ਫਿਰ ਜਦ ਲੈ ਗਏ ਉਹਨੂੰ ਤੇ ਨੀਅਤ ਕੀਤੀ ਉਹਨੇ ਪੈਸੂ ਢੇਣੋਂ ਨੂੰ ਥੱਲੇ ਖੂਦ ਤੇ ਵਈ ਭੇਜੀ ਐਸਾ ਯੂਸਫ ਵਾਲਾ ਜੋ ਜ਼ਰੂਰ ਜਿਤਾਵੇਂਗਾ ਤੂੰ ਉਹਨਾਂ ਨੂੰ ਇਹ ਕੰਮ ਉਹਨਾਂ ਦਾ ਕਦੀ ਤੇ ਉਹ ਨਾ ਜਾਣਦੇ ਹੋਣਗੇ ਤੇ ਫਿਰ ਆਏ ਆਪਣੇ ਪਿਓ ਕੋਲ ਅਸ਼ਾ ਵੇਲੇ ਰੋਂਦੇ ਆਖਿਓ ਨੇ ਐ ਪਿਓ ਸਾਡੇ ਅਸੀਂ ਲਗੇ ਦੌੜਨ ਇੱਕ ਦੂਜੇ ਨਾਲੋਂ ਅੱਗੇ ਵਧਣ ਨੂੰ ਤੇ ਛੱਡਿਆ ਅਸਾਂ ਯੂਸਫ ਨੂੰ ਆਪਣੇ ਅਸਬਾਬ ਕੋਲ ਫਿਰ ਖਾ ਗਿਆ ਉਹਨੂੰ ਬਗਿਆੜ ਤੇ ਨਹੀਂ ਤੂੰ ਯਕੀਨ ਕਰਨਾ ਸਾਡੀ ਗੱਲ ਦਾ ਭਾਵੇਂ ਹੋ ਵੀ ਐ ਅਸੀਂ ਸੱਚੇ ਤੇ ਲੈ ਆਏ ਉਹਦੇ ਕੁਰਤੇ ਉੱਤੇ ਖੂਨ ਲਾ ਕੇ ਝੂਠਾ ਆਖਿਓ ਸੁ ਸਗੋ ਬਣਾ ਦਿੱਤੀ ਹੈ ਤੁਹਾਨੂੰ ਤੁਹਾਡੇ ਜੀਆਂ ਨੇ ਕੋਈ ਗੱਲ ਸੋ ਸਬਰ ਹੈ ਸੋਣਾ ਤੇ ਅੱਲਾ ਹੀ ਤੋਂ ਮਦਦ ਦੀ ਲੋੜ ਹੈ ਉਸ ਗੱਲ ਉੱਤੇ ਜੋ ਬਿਆਨ ਕਰਦੇ ਹੋ ਤੇ ਆਏ ਉਧਰ ਕੋਈ ਰਾਹੀ ਫਿਰ ਭੇਜਿਓ ਨੇ ਆਪਣਾ ਮਾਸਕੀ ਫਿਰ ਲੰਕਾਇਓ ਸੁ ਬੋਕਾ ਆਪਣਾ ਤੇ ਯੂਸਫ ਨੂੰ ਵੇਖ ਕੇ ਆਖਿਓ ਸੁ ਖੁਸ਼ਖਬਰੀ ਹੈ ਭਾਈ ਇੱਥੇ ਇਹ ਲੜਕਾ ਹੈ ਕਿਛ ਬਾਲਿਓ ਨੇ ਉਹਨੂੰ ਪੂੰਜੀ ਸਮਝ ਕੇ ਤੇ ਅੱਲਾ ਜਾਣਦਾ ਏ ਜੋ ਕਰਦੇ ਸਨ ਤੇ ਵੇਚਿਓ ਨੀ ਉਹਨੂੰ ਕਟਮਾਲ ਨਾਲ ਗਿਣੀਆਂ ਹੋਈਆਂ ਪੌਲੀਆਂ ਇਹ ਵਸ ਤੇ ਨਹੀਂ ਹੈ ਹਸਣ ਕੀਮਤ ਉਸ ਜੀ ਤੋਂ ਜ਼ਿਆਦਾ ਉਮੀਦ ਰੱਖਦੇ ਤੇ ਜਿੰ ਖਰੀਦਿਆ ਉਹਨੂੰ ਮਿਸਰ ਵਾਲਿਆਂ ਵਿੱਚੋਂ ਆਪਣੀ ਔਰਤ ਨੂੰ ਆਖਿਆ ਇੱਜ਼ਤ ਕਰੀਏ ਜੇ ਰੱਖਣ ਦੀ ਸ਼ਾਇਦ ਜੋ ਨਫਾ ਦੇ ਸਾਨੂੰ ਯਾ ਬਣਾ ਲਈ ਅਸੀਂ ਇਹਨੂੰ ਪੁੱਤਰ ਤੇ ਇਸੇ ਤਰ੍ਹਾਂ ਸਾ ਪੈਰ ਜਮਾ ਦਿੱਤੇ ਉਹਨੇ ਯੂਸਫ ਦੇ ਉਸ ਮੁਲਕ ਵਿੱਚ ਨਾਲੇ ਤਾਂ ਜੋ ਸਿਖਾਈਏ ਅਸੀਂ ਉਹਨੂੰ ilm ਮੁਰਾਦ ਲੱਭਣੇ ਗੱਲਾਂ ਦਾ ਤੇ ਅੱਲਾ ਜ਼ੋਰ ਆਵਰ ਹੈ ਆਪਣੇ ਕੰਮ ਉਤੇ ਪਰ ਬਹੁਤੇ ਲੋਕ ਨਹੀਂ ਜਾਣਦੇ ਤੇ ਜਦ ਪਹੁੰਚਿਆ ਜਵਾਨੀ ਆਪਣੀ ਨੂੰ ਦਿੱਤਾ ਅਸਾਂ ਉਹਨੂੰ ਹੁਕਮ ਤੇ ilm ਤੇ ਐਸੀ ਤਰ੍ਹਾਂ ਸੀ ਬਦਲਾ ਦੇਣਿਆ ਨੇਕੀ ਵਾਲਿਆਂ ਨੂੰ ਤੇ ਚਾਹ ਕਰਨ ਲੱਗੀ ਉਸ ਤੋਂ ਜੜੀ ਦੇ ਉਹ ਕਰਮ ਵਿੱਚ ਰਹਿੰਦਾ ਸੀ ਉਹਦਾ ਜੀ ਬਰਮਾਂਦੀ ਤੇ ਬੰਦ ਕਰ ਦਿੱਤੋ ਸੂ ਦਰਵਾਜ਼ੇ ਇੱਕ ਦਿਨ ਆਖਣ ਲਗੀ ਸ਼ਤਾਬੀ ਕਰਵੇ ਯੂਸਫ ਆਖਣ ਲਗਾ ਖੁਦਾ ਦੀ ਪਨਾਹ ਉਹ ਜ਼ਰੂਰ ਮਾਲਕ ਕੇ ਮੇਰਾ ਸੋਹਣੀ ਤਰ੍ਹਾਂ ਰੱਖਿਆ ਜੂ ਮੈਨੂੰ ਤੇ ਮੈਂ ਉਹਦੀ ਪਤ ਨੂੰ ਹੱਥ ਪਾਵਾਂ ਮੈਨੂੰ ਇਹ ਗੱਲ ਰਵਾ ਨਹੀਂ ਐਂਓ ਗੱਲ ਏ ਜੋ ਨਹੀਂ ਮੁਰਾਦ ਪਾंदे ਅਜਾ ਜ਼ਾਲਮ ਲੋਕ ਤੇ ਜ਼ਰੂਰ ਪਰਮਪਈ ਉਸ ਉਤੇ ਤੇ ਪਰਮ ਪੰਦਾ ਉਸ ਉਤੇ ਜੇ ਕਦੇ ਨਾ ਵੇਖਦਾ ਦਲੀਲ ਆਪਣੇ ਰੱਬ ਦੀ ਯਾਨੀ ਇਸ ਕੰਮ ਦਾ ਹਰਾਮ ਹੋਣਾ ਯਾਦ ਆਇਆ ਇਸੇ ਤਰ੍ਹਾਂ ਹੋਇਓਈ ਤਾਂ ਜੋ ਅਸੀਂ ਫੇਰ ਇਹ ਉਸ ਤੋਂ ਬੁਰੀ ਆਈ ਤੇ ਬੇਹਯਾਈ ਜ਼ਰੂਰ ਹੋਸੀ ਬੰਦਿਆਂ ਸਾਡੇਆਂ ਚੁਣਿਆ ਹੋਇਆ ଥି ਤੇ ਦੋਲੇ ਦੋਵੇਂ ਅੱਗੇ ਪਿੱਛੇ ਦਰਵਾਜ਼ੇ ਨੂੰ ਤੇ ਪਾੜ ਦਿੱਤੋ ਸੁਖੀ ਛਿੱਕੇ ਕੁਰਤਾ ਉਹਦਾ ਪਿਛਲੇ ਵੱਲੋਂ ਤੇ ਦੋਵੇਂ ਮਿਲ ਪਏ ਉਹਦੇ ਖਸਮ ਨੂੰ ਦਰਵਾਜ਼ੇ ਕੋਲ ਆਖਣ ਲੱਗੀ ਹੋਰ ਕੁਝ ਸਜ਼ਾ ਨਹੀਂ ਹੋਦੀ ਜਿਹੜਾ ਚਾਹੇ ਤੇਰੇ ਘਰ ਦੀ ਨਾਲ ਬੁਰਾ ਕਰਨਾ ਪਰ ਇਹੋ ਜੋ ਕੈਦ ਹੋਵੇ ਜਾਂ ਦੁੱਖ ਦੀ ਮਾਰ ਦਿੱਤੀ ਜਾਏ ਉਸ ਵਖਣ ਲਗਾ ਐਸੇ ਜਿਹਾ ਮੇਥੋਂ ਮੇਰਾ ਜੀਬ ਪਰਮਾਣਾ ਤੇ ਗੋਈ ਦਿੱਤੀ ਇੱਕ ਗਵਾਹ ਨੇ ਔਰਤ ਦੇ ਟੱਬਰ ਵਿੱਚੋਂ ਜੇ ਹੈ কুরਤਾ ਉਹਦਾ ਪਾਟਾ ਹੋਇਆ ਅਗਲੇ ਵੱਲੋਂ ਤਾਂ ਸੱਚ ਆਖਦੀ ਏ ਤੇ ਉਹ ਐ ਝੂਠਿਆਂ ਥੀ ਜੇ ਹੈ কুরਤਾ ਉਹਦਾ ਪਾਟਾ ਹੋਇਆ ਪਿਛਲੇ ਵੱਲੋਂ ਤਾਂ ਝੂਠ ਆਖਦੀ ਏ ਤੇ ਉਹ ਐ ਸੱਚਿਆਂ ਥੀ ਫਿਰ ਜਦ ਵੇਖਿਓ ਸੁ কুরਤਾ ਉਹਦਾ ਪਾਟਾ ਹੋਇਆ ਪਿਛਲੇ ਵੱਲੋਂ ਅੱਖ ਲਗਾ ਜ਼ਰੂਰ ਇਹ ਕੁਝ ਤੁਸਾਂ ਹੋਟਲ ਦਾ ਫਰੇਬ ਏ ਜ਼ਰੂਰ ਤੁਸਾਂ ਦੇ ਫਰੇਬ ਬੜੇ ਨੇ ਗਜ਼ਬ ਦੇ ਯੂਸਫ ਦਰਗਜ਼ਰ ਕਰੇ ਇਸ ਗੱਲਾਂ ਤੇ ਬਖਸ਼ਵਾ ਨਹੀਂ ਗੁਨਾ ਆਪਣਾ ਏ ਔਰਤ ਜ਼ਰੂਰ ਤੂੰ ਹੀ ਸਾਂ ਗੁਨਾਗਾਰਾਂ ਥੀ ਤੇ ਆਖਿਆ ਔਰਤਾਂ ਨੇ ਸ਼ਹਿਰ ਵਿੱਚ ਔਰਤ ਅزیز ਦੀ ਚਾਂਦੀ ਏ ਗੁਲਾਮ ਆਪਣੇ ਤੋਂ ਉਹਦਾ ਜੀ ਪਰਮਾਣਾ ਉਹ ਮੋ ਗਈ ਸੁ ਪਿਆਰ ਨਾਲ ਅਸੀਂ ਦੇਖਣੀ ਆ ਉਹਨੂੰ ਜ਼ਰੂਰੀ ਜ਼ਾਇਰ ਗਲਤੀ ਵਿੱਚ ਫਿਰ ਜਦ ਸੁਣਿਓ ਸੁ ਫਰੇਬ ਉਹਨਾਂ ਦਾ ਪੈਗਾਮ ਪੇਜ ਉਸ ਉਹਨਾਂ ਵੱਲ ਤੇ ਤਿਆਰ ਕੀਤੀ ਉਸ ਉਹਨਾਂ ਲਈ ਵਿਛਾਉਣੇ ਤੇ ਦਿੱਤੀ ਉਸ ਹਾਰਿਕ ਨੂੰ ਉਹਨਾਂ ਵਿੱਚੋਂ ਛੁਰੀ ਫਲ ਚਿਰ ਕੇ ਖਾਣ ਨੂੰ ਤੇ ਆਖਣ ਲਗੀ ਨਿਕਲਵੇ ਇਹਨਾਂ ਦੇ ਸਾਹਮਣੇ ਫਿਰ ਜਦ ਵੇਖਿਓ ਨੇ ਉਹਨੂੰ ਡੌਰ ਪੌਰ ਗਈਆਂ ਤੇ ਮੇ ਵੀ ਦੀ ਜਗਾ ਵੱਡ ਡਿਓ ਨੇ ਹੱਥ ਆਪਣੇ ते आखन लगी पाके अल्लाह नहीं है कोई आदमी ए पर परिश्ता बुजुर्ग अजीज दी बीवी आखन लगी फिर एसकी मुहब्बत दिता साजे जरूर मैं चाहया इस तो जी परमाणा एदा पर बच निकलया करेगा जो मैं आखनी आनू ता जरूर कैद ते जरूर हो जायेगा जलील तार यूसुफ आखियो सू मेरा रबा ਕੈਦ ਖਾਨਾ ਵਦੇੜਾ ਪਿਆਰਾ ਹੈ ਮੈਨੂੰ ਉਸ ਕੰਮ ਨਾਲੋ ਜਿਸ ਵਾਲੇ ਸੱਦਦਿਆਂ ਨੇ ਮੈਨੂੰ ਤੇ ਜੇ ਨਾ ਹਟਾਏਗਾ ਮੈਂ ਤੋਂ ਫਰੇਬ ਇਹਨਾਂ ਦਾ ਚੁੱਕ ਪਾਂਗਾ ਇਹਨਾਂ ਵੱਲ ਤੇ ਹੋ ਜਾਵਾਂਗਾ ਨਾਦਾਨਾ ਥੀ ਫਿਰ ਕਬੂਲ ਕੀਤੀ ਦੁਆ ਉਹਦੀ ਉਹਦੇ ਰੱਬ ਨੇ ਫਿਰ ਹਟਾ ਦਿੱਤਾ ਉਸ ਤੋਂ ਫਰੇਬ ਉਹਨਾਂ ਦਾ ਜ਼ਰੂਰ ਉਹ ਹੀ ਇਹ ਸੁਣਦਾ ਜਾਣਦਾ ਫਿਰ ਉਹਨਾਂ ਲੋਕਾਂ ਨੂੰ ਇਹ ਸੁਝਿਆ ਪਿੱਛੇ ਇਸ ਦੇ ਜੋ ਵੇਖ ਚੁੱਕੇ ਨਿਸ਼ਾਨੀਆਂ ਇਹ ਜੋ ਜ਼ਰੂਰ ਕੈਦ ਕਰਦੀ ਉਹਨੂੰ ਇੱਕ ਮੁੱਦਤ ਤੀਕ ਤੇ ਬੜੇ ਉਸ ਨਾਲ ਕੈਦਖਾਨੇ ਵਿੱਚ ਦੋ ਹੋਰ ਜਵਾਨ ਵੀ ਆਖਿਆ ਉਸ ਨੂੰ ਇੱਕ ਨੇ ਉਹਨਾਂ ਵਿੱਚੋਂ ਮੈਂ ਸੁਪਨੇ ਵਿੱਚ ਡਿਠਾ ਹੈ ਆਪਣੇ ਆਪ ਨੂੰ ਜੋ ਨਚੋੜਨਾ ਸ਼ਰਾਬ ਤੇ ਆਖਿਆ ਦੂਜੇ ਨੇ ਮੈਂ ਸੁਪਨੇ 'ਚ ਵੇਖਣਾ ਆਪਣੇ ਆਪ ਨੂੰ ਜੋ ਚੁਕਣਾ ਆਪਣੇ ਸਿਰ ਉੱਤੇ ਰੋਟੀਆਂ ਖਾਂਦੇ ਨੇ ਪਖੇਰੂ ਉਸ ਤੋਂ ਦੱਸ ਸਾਨੂੰ ਮੁਰਾਦ ਇਸ ਦੀ ਅਸੀਂ ਜ਼ਰੂਰ ਵੇਖਨੇ ਆ ਤੈਨੂੰ ਇਛਾਨ ਕਰਨ ਵਾਲਿਆਂ થી ਯੂਸਫ ਆਖਿਆ ਰੋਟੀ ਜੋ ਖਾਣ ਦੀ ਮਿਲਦੀ ਏ ਪਹਿਲੇ ਇਸ ਦੇ ਜੋ ਆਵੇ ਤੁਸਾਂ ਕੋਲ ਮੈਂ ਦੱਸ ਦਿਆਂਗਾ ਤੁਹਾਨੂੰ ਮੁਰਾਦ ਇਸ ਦੀ ਏ ਇਲਮ ਜੇ ਉਸ ਇਲਮ ਵਿੱਚੋਂ ਜੋ ਖਾਇਆ ਮੈਨੂੰ ਮੇਰੇ ਰੱਬ ਨੇ ਮੈਂ ਜ਼ਰੂਰ ਛੱਡ ਜਿਤਾ ਦੀਨ ਐਸੇ ਲੋਕਾਂ ਦਾ ਜੋ ਨਹੀਂ ਮੰਨਦੇ ਅੱਲਾ ਨੂੰ ਤੇ ਉਹ ਆਖਰ ਤੋਂ ਮੁਨਕਰ ਨੇ तुरया मैं दिन अपने प्यू ते, ते याकूब दे ते ते बराबर करिए बहुते लोग कदर नहीं जानते शुकर नहीं करते दो सजों कैद खाने जरा सोचो भला कई पालन वाले वखरे वखरे चंगे ने या अला इको जबरदस्त नहीं पूजद ਪਰ ਨੇਰੇ ਨਾਮ ਜੋ ਰੱਖ ਲੈਨੇ ਤੁਸੀਂ ਤੇ ਤੁਹਾਡੇ ਪਿਓ ਦਾਦੀਆਂ ਨੇ ਨਹੀਂ ਉਤਾਰੀ ਅੱਲਾ ਨੇ ਉਹਨਾਂ ਦੀ ਕੋਈ ਦਲੀਲ ਅੱਲਾ ਬਿੰ ਕਿਸੇ ਦਾ ਹੁਕਮ ਨਹੀਂ ਹੁਕਮ ਕੀਤਾ ਸੂ ਜੋ ਨਾ ਪੂਜੋ ਪਰ ਉਸੇ ਨੂੰ ਇਹ ਹੋਈ ਇਹ دین ਠੇਠ ਤੇ ਸਿੱਧਾ ਪਰ ਬਹੁਤੇ ਲੋਕ ਨਹੀਂ ਜਾਣਦੇ ਐ ਦੋ ਸਜਣੋਂ ਕੈਦਖਾਨੇ ਦਿਓ ਤੁਹਾਡੇ ਖਾਬ ਦੀ ਤਾਬੀਰ ਇਹ ਹੈ ਇੱਕ ਤੇ ਤੁਸੀਂ ਵਿੱਚੋਂ ਪਲਾਏਗਾ ਆਪਣੇ ਮਾਲਕ ਨੂੰ ਸ਼ਰਾਬ ਤੇ ਦੂਸਰਾ ਸੂਲੀ ਚੜੇਗਾ ਫਿਰ ਖਾਨ ਦੇ ਪਖੇਰੂ ਉਹਦੇ ਸਿਰ ਨੂੰ ਨੋਚ-ਨੋਚ ਕੇ ਨਿਬੜ ਚੁੱਕੀ ਹੈ ਗੱਲ ਜਿਹੜੀ ਪੁੱਛਦੇ ਸੋ ਤੇ ਆਖਿਓ ਸੂ ਜਿਸ ਨੂੰ ਜਾਤੋ ਸੂ ਜੋ ਉਹ ਜ਼ਰੂਰ ਬਚੇਗਾ ਉਹਨਾਂ ਦੋਵਾਂ ਵਿੱਚੋਂ ਭਈ ਯਾਦ ਕਰੀ ਮੈਨੂੰ ਆਪਣੇ ਮਾਲਕ ਕੋਲ ਫਿਰ ਵਿਸਾਰ ਦਿੱਤਾ ਉਹਨੂੰ ਸ਼ੈਤਾਨ ਨੇ ਯਾਦ ਕਰਨਾ ਆਪਣੇ ਮਾਲਕ ਕੋਲ ਫਿਰ ਪਿਆਰਿਆ ਯੂਸਫ ਕੈਦਖਾਨੇ ਵਿੱਚ ਕਈ ਬਰੇ ਇੱਕ ਦਿਹਾੜੇ ਆਖਿਆ ਬਾਦਸ਼ਾਹ ਨੇ ਮੈਂ ਸੁਪਨੇ ਵਿੱਚ ਵੇਖਣਾ ਸੱਤ ਗਾਈਆਂ ਮੋਟੀਆਂ ਖਾਂਦੀਆਂ ਨੇ ਉਹਨਾਂ ਨੂੰ ਸੱਤ ਲਿਸੀਆਂ ਤੇ ਸੱਤ ਸਿੱਟੇ ਹਰੇ ਤੇ ਹੋਰ ਸੁੱਕੇ اے ਸਰਦਾਰੋ ਬਿਆਨ ਦੱਸੋ ਮੈਨੂੰ ਮੇਰੇ ਸੁਪਨੇ ਦਾ ਜੇ ਤੁਸੀਂ ਸੁਪਨੇ ਦਾ ਬਿਆਨ ਦੱਸ ਦਿਓ ਹੁੰਦੇ ਹੋ ਆਖਿਓ ਨੇ ਇਹ ਪਰੇਸ਼ਾਨ ਸੁਪਨੇ ਨੇ ਤੇ ਅਸੀਂ ਪਰੇਸ਼ਾਨ ਸੁਪਨਿਆਂ ਦਾ ਬਿਆਨ ਨਹੀਂ ਜਾਣਦੇ ਤੇ ਆਖਿਆ ਜਿਸ छुटकारा ਪਾਇਆ ਸੀ ਉਹਨਾਂ ਦੋਵਾਂ ਵਿੱਚੋਂ ਤੇ ਯਾਦ ਕੀਤਾ ਪਿੱਛੇ ਮੁੱਦਤ ਦੇ ਮੈਂ ਦਰਸ਼ਨਾ ਤੁਹਾਨੂੰ ਬਿਆਨ ਇਸ ਦਾ ਪੇ ਜੋ ਮੈਨੂੰ ਯੂਸਫ ਕੋਲਕਾਤ ਖਾਨੇ ਵਿੱਚ ਪਹੁੰਚਿਆ ਆਖਿਆ ਯੂਸਫ ਇਹ ਸੱਚਾ ਜਵਾਬ ਦੇ ਸਾਨੂੰ ਇਸ ਸੁਪਨੇ ਵਿੱਚ ਜੋ 7 ਗਾਇਆਂ ਮੋਟੀਆਂ ਖਾਂਦੀਆਂ ਨੇ ਉਹਨਾਂ ਨੂੰ 7 ਲਿਸੀਆਂ ਤੇ 7 ਸੁੱਟੇ ਹਰੇ ਤੇ ਹੋਰ ਸੁੱਕੇ ਸ਼ਾਇਦ ਮੈਂ ਮੁਰ ਜਾਵਾਂ ਲੋਕਾਂ ਵੱਲ ਤਾਂ ਉਹ ਜਾਣਨ ਆਖਿਓ ਸੁ ਪਹਿਲੀ ਜੋ ਬੀਜੋਗੇ ਤੁਸੀਂ ਸੱਤ ਬਰੇ ਉਤੋੜੀਤੀ ਫੇਰ ਜੋ ਵੱਡੋ ਸੋ ਉਹਨੂੰ ਸਿੱਤੇ ਵਿੱਚ ਹੀ ਰਹਿਣ ਦਿਓ ਪਰ ਖਾਣ ਲਈ ਥੋੜਾ ਜਿਆ ਕੱਢ ਲਓ ਫੇਰ ਆਉਣਗੇ ਉਹਦੇ ਪਿੱਛੋਂ ਸੱਤ ਬਰੇ ਸਖਤ ਖਾ ਜਾਣਗੇ ਜੋ ਜ਼ਖੀਰਾ ਰੱਖਿਓ ਜੇ ਉਹਨਾਂ ਲਈ ਪਰ ਥੋੜਾ ਉਹੋ ਜੋ ਵਿਚਾਰ ਰੱਖੋਗੇ ਫਿਰ ਆਵੇਗਾ ਉਦੋਂ ਪਿੱਛੇ ਇੱਕ ਵਰਾ ਉਸ ਵਿੱਚ ਮੀਂਹ ਵਰੇਗਾ ਲੋਕਾਂ ਉਤੇ ਤੇ ਉਸ ਵਿੱਚ ਰਸ ਨਿਚੋੜਨਗੇ ਤੇ ਆਖਿਆ بادشاہ ਨੇ ਲੈ ਆਓ ਮੇਰੇ ਕੋਲ ਉਹਨੂੰ ਫਿਰ ਜਦ ਆਇਆ ਯੂਸਫ ਉਸ ਕੋਲ ਪੈਗਾਮ ਵਾਲਾ ਆਖਿਓ ਸੁ ਮੁਰਜਾ ਆਪਣੇ ਮਾਲਕ ਵਾਲੇ ਫਿਰ ਪੁੱਛੋ ਨੂੰ ਕੀ ਹਾਲ ਏ ਔਰਤਾਂ ਦਾ ਜਿੰਨਾ ਵੱਡੇ ਹੱਥ ਆਪਣੇ ਜ਼ਰੂਰ ਮੇਰਾ ਰੱਬ ਤੇ ਉਹਨਾਂ ਦਾ ਪ੍ਰੇਮ ਜਾਣਦਾ ਹੈ ਆਖਿਓ ਸੁ ਕੀ ਹਾਲ ਹੈ ਤੁਹਾਡਾ ਜਦ ਚਾਹੋ ਜੀ ਯੂਸਫ ਤੋਂ ਜੀ ਪਰਮਾਨਾ ਆਖੜ ਲਗੀਆਂ ਪਾ ਕੇ ਅੱਲਾ ਨਹੀਂ ਮਲੂਮ ਕੀਤੀ ਅਸਾ ਉਸ ਤੇ ਕੁਝ ਬੁਰੀ ਆਈ ਆਖਿਆ ਅਜ਼ੀਜ਼ ਦੀ ਔਰਤ ਨੇ ਹੁਣ ਨਿੱਤਰ ਗਿਆ ਹੈ ਸੱਚ ਮੈਂ ਚਾਹਿਆ ਸੀ ਉਸ ਤੋਂ ਜੀ ਪਰਮਾਨਾ ਕਿ ਉਹ ਜ਼ਰੂਰ ਹੀ ਸੱਚਾ ਵਿੱਚ ਹੋਏ ਇੱਕ ਚਾਰੀ ਚਾਰਨਾ ਇਸ ਵਾਸਤੇ ਹੈ ਤਾਂ ਜਾਣ ਲੈ ਜੋ ਮੈਂ ਜ਼ਰੂਰ ਖਿਆਲਤ ਨਹੀਂ ਕੀਤੀ ਉਹਦੀ ਪਿੱਠ ਪਿੱਛੇ ਤੇ ਇਹ ਜੇ ਅੱਲਾ ਜ਼ਰੂਰ ਨਹੀਂ ਚੱਲਣ ਦਿੰਦਾ ਫਰੇਬ ਦਗੇ ਬਾਜ਼ਾਂ ਦਾ ਤੇ ਪਾਕ ਨਹੀਂ ਆਖਣਾ ਮੈਂ ਆਪਣੇ ਜੀ ਨੂੰ ਹਰ ਜੀ ਜ਼ਰੂਰੀ بڑا ਹੁਕਮ ਕਰਨ ਵਾਲਾ ਹੈ ਬੁਰੀਾਈ ਦਾ ਪਰ ਜਦ ਮੇਰ ਕੀਤੀ ਮੇਰੇ ਰੱਬ ਨੇ ਮੇਰਾ ਰੱਬ ਜ਼ਰੂਰ ਬਖਸ਼ਨਾਰ ਮਿਹਰਬਾਨ ਹੈ ਤੇ ਆਖਿਆ ਬਾਦਸ਼ਾਹ ਨੇ ਲੈ ਆਓ ਮੇਰੇ ਕੋਲ ਉਹਨੂੰ ਵੱਖਰਾ ਕਰਨਾ ਮੈਂ ਉਹਨੂੰ ਆਪਣੇ ਕੰਮ ਲਈ ਫਿਰ ਜਦ ਗੱਲਾਂ ਕੀਤੀਓ ਯੂਸਫ ਨੇ ਸੋ ਉਸ ਨਾਲ ਆਖਣ ਲਗਾ ਜ਼ਰੂਰ ਤੂੰ ਅੱਜ ਸਾਡੇ ਕੋਲ ਰੁਤਬੇ ਵਾਲਾ ਹੈ ਅਮਾਨਤਦਾਰ ਆਖਿਓ ਸੁ ਮੁਕਰਰ ਕਰਦੇ ਮੈਨੂੰ ਮੁਲਕ ਦੇ ਖਜ਼ਾਨਿਆਂ ਉੱਤੇ ਮੈਂ ਜ਼ਰੂਰ ਰੱਖਾ ਵੀ ਹਾਂ ਤੇ ਇਲਮ ਵੀ ਰੱਖਣਾ ਵਾ ਤੇ ਇਸੇ ਤਰ੍ਹਾਂ ਪੈਰ ਜਮਾ ਦਿੱਤੇ ਹੋਏ ਸਾ ਯੂਸਫ ਦਾ ਉਸ ਮੁਲਕ ਵਿੱਚ ਥਾਂ ਲੈ ਉੱਥੇ ਜਿੱਥੇ ਚਾਹੇ ਉਜਾਨੇ ਆਸੀ ਮੇਰ ਆਪਣੀ ਜਿਸ ਨੂੰ ਚਾਹੀਏ ਤੇ ਐਵੇਂ ਨਹੀਂ ਗਵਾਉਂਦੇ ਅਸੀਂ ਮਜ਼ਦੂਰੀ ਨੇਕੀ ਵਾਲਿਆਂ ਦੀ ਤੇ ਮਜ਼ਦੂਰੀ ਆਖਰਤ ਦੀ ਜ਼ਰੂਰ ਚੰਗੀ ਆਵਾਸ ਤੇ ਉਹਨਾਂ ਦੇ ਜਿੰਨਾ ਮੰਨਿਆ ਤੇ ਰਹਿ ਬਚਦੇ ਤੇ ਆਏ ਭਰਾ ਯੂਸਫ ਦੇ ਫਿਰ ਆ ਬੜੇ ਉਸਕੋਲ ਫਿਰ ਪਛਾਣ ਲਿਓ ਸੁ ਉਹਨਾਂ ਨੂੰ ਤੇ ਉਹ ਉਹਨੂੰ ਨਹੀਂ ਸਨ ਪਛਾਣਦੇ ਤੇ ਜਦ ਤਿਆਰ ਕਰ ਦਿੱਤੀ ਉਸ ਉਹਨਾਂ ਨੂੰ ਭਰਤੀ ਉਹਨਾਂ ਦੀ ਆਖਿਓ ਸੁ ਲੈ ਆਉਣਾ ਮੇਰੇ ਕੋਲ ਭਰਾ ਆਪਣਾ ਪਿਉ ਸਕਾ ਭਲਾ ਵੇਖਦੇ ਨਹੀਂ ਹੋ ਭਈ ਮੈਂ ਜ਼ਰੂਰ ਪੂਰੀ ਦੇਣਾ ਪਰਦੀ ਤੇ ਮੈਂ ਚੰਗਾ ਸਭ ਮਹਿਮਾਨੀ ਕਰਨ ਵਾਲਿਆਂ ਦਾ ਫੇਰ ਜੇ ਨਾ ਲਿਆਂਦੋ ਜੇ ਮੇਰੇ ਕੋਲ ਉਹਨੂੰ ਤਾਂ ਨਹੀਂ ਪਰਤੀ ਤੁਸਾਂ ਦੀ ਮੇਰੇ ਕੋਲ ਤੇ ਨਾ ਮੇਰੇ ਨੇੜੇ ਟੁਕਿਓ ਆਖਿਓ ਨੇ ਅਸੀਂ ਕੋਸ਼ਿਸ਼ ਨਾਲ ਤਲਬ ਕਰਾਂਗੇ ਉਹਦੀ ਉਹਦੇ ਪਿਉ ਤੋਂ ਤਾ ਸਾ ਇਹ ਜ਼ਰੂਰੀ ਕਰਨਾ ਹੈ ਤੇ ਆਖਿਓ ਸੁ ਗੁਲਾਮਾਂ ਆਪਣਿਆਂ ਨੂੰ ਰੱਖ ਦਿਓ ਪੂੰਜੀ ਉਹਨਾਂ ਦੀ ਉਹਨਾਂ ਦੀਆਂ ਬੋਰੀਆਂ ਵਿੱਚ ਸ਼ਾਇਦ ਉਹ ਪਛਾਨਣ ਉਸ ਤੋਂ ਜਦ ਮੁੜ ਕੇ ਜਾਣ ਗਿਆ ਆਪਣੇ ਘਰਦਿਆਂ ਵੱਲ ਸ਼ਾਇਦ ਉਹ ਮੁੜ ਕੇ ਵੀ ਆਉਣ ਫਿਰ ਜਦ ਮੁੜ ਗਿਆ ਆਪਣੇ ਪਿਓ ਵੱਲ ਆਖਿਓ ਨੇ ਇਹ ਪਿਓ ਸਾਡੇ ਰੋਕੀ ਗਈ ਹੈ ਸਾਥੋਂ ਪਰਤੀ ਸੋ ਭੇਜ ਨਾਲ ਸਾਡੇ ਭਰਾ ਸਾਡਾ ਤਾਂ ਅਸੀਂ ਭਰਤੀ ਲਿਆ ਵੀਏ ਕਿ ਅਸੀਂ ਜ਼ਰੂਰੀ ਉਹਦੇ ਰੱਖਿਆ ਬਾਪ ਆਖਿਆ ਮੈਂ ਕੀ ਇਤਬਾਰ ਕਰਾਂ ਤੁਹਾਡਾ ਉਹ ਸੁੱਤੇ ਪਰ ਜੋ ਇਤਬਾਰ ਕੀਤਾ ਸੀ ਮੈਂ ਤੁਹਾਡਾ ਉਹਦੇ ਭਰਾ ਉੱਤੇ ਪਹਿਲੇ ਦੇ ਦੂੰ ਤੇ ਅੱਲਾ ਹੀ ਚੰਗਾ ਰੱਖਾ ਏ ਤੇ ਉਹ ਬਧੇਰਾ ਮਿਹਰ ਕਰਨ ਵਾਲਾ ਹੈ ਸਭ ਮਿਹਰ ਕਰਨ ਵਾਲੇ ਹਨ ਤੇ ਜਦ ਖੋਲਿਓ ਨੇ ਅਸਬਾਬ ਆਪਣਾ ਡਿਟਿਓ ਨੇ ਪੂੰਜੀ ਆਪਣੀ ਮੋੜ ਆਈਏ ਆਪਣੇ ਵੱਲ ਆਖਿਓ ਨੇ ਇਹ ਪਿਓ ਸਾਡੇ ਸਾਨੂੰ ਹੋਰ ਕੀ ਲੋੜੀ ਦਾ ਏਹੀ ਪੂੰਜੀ ਸਾਡੀ ਮੋੜਾਈ ਸਾਡੇ ਕੋਲ ਤੇ ਦਾਣੇ ਲਿਆਵਾਂਗੇ ਅਸੀਂ ਆਪਣੇ ਘਰਦਿਆਂ ਲਈ ਤੇ ਰਾਖੀ ਕਰਾਂਗੇ ਆਪਣੇ ਭਰਾ ਦੀ ਤੇ ਬਦੇਰਾ ਲਿਆਵਾਂਗੇ ਪਾਰ ਇੱਕ ਊਠ ਦਾ ਹਰ ਪਰਦੇਸੀ ਨੂੰ ਫੀ ਆਦਮੀ ਇੱਕ ਊਠ ਦਾ ਪਾਰ ਦਿੱਤਾ ਜਾਂਦਾ ਸੀ ਇਹ ਭਰਤੀ ਜਿਹੜੀ ਹੁਣ ਸਾਨੂੰ ਮਿਲਦੀ ਏ ਥੋੜੀ ਸਾਡੇ ਘਰਵਾਲਿਆਂ ਲਈ ਆਖਿਓ ਜੂ ਮੈਂ ਹਰਗिज ਨਹੀਂ ਭੇਜਣਾ ਉਹਨੂੰ ਤੁਸਾਂ ਨਾਲ ਜੱਤੀ ਕਿੰਨਾ ਦਿਓਗੇ ਮਾਨੂੰ ਇਕਰਾਰ ਅੱਲਾ ਦਾ जो जरूर लोगे ओनू मेरे को पर जो घेरे जाओ ती सारे फिर जब दि ने अकरार अपना आख्य उसू अल्लाह के हवाले है जो अस आखने आखियो ए मेरे पुत्रो ना वड़ीयो एक दरवाजे नज़र ना लग जाए जे वड़ीयो जुदा जुदा दरवाजे नहीं हटा सकता मैं तसा उतो अल्लाह की आफत विचो कुछ भी अल्लाह बिन किसी का हुक्म नहीं ਉਸੇ ਉੱਤੇ ਮੈਂ ਭਰੋਸਾ ਕੀਤਾ ਤੇ ਉਸੇ ਉੱਤੇ ਭਰੋਸਾ ਕਰਨਾ ਚਾਹੀਦਾ ਹੈ ਭਰੋਸਾ ਕਰਨ ਵਾਲਿਆਂ ਨੂੰ ਤੇ ਜਦ ਬੜੇ ਜਿੱਥੋਂ ਹੁਕਮ ਕੀਤਾ ਸੀ ਉਹਨਾਂ ਨੂੰ ਉਹਨਾਂ ਦੇ ਪਿਓ ਨੇ ਨਾ ਹਟਾ ਸਕਿਆ ਵਰਨਾ ਉਹਨਾਂ ਉਤੋਂ ਅੱਲਾਹ ਦੀ ਆਫਤ ਵਿੱਚੋਂ ਕੁਝ ਵੀ ਪਰ ਇੱਕ ਖਤਰਾ ਸੀ ਯਾਕੂਬ ਦੇ ਜੀਵ ਵਿੱਚ ਉਹਦਾ ਬੰਦੋਬਸਤ ਕਰ ਲਿਓ ਸੁ ਤੇ ਉਹ ਜ਼ਰੂਰੀ ਇਲਮ ਵਾਲਾ ਸੀ ਸਾਡੇ ਸਖਾਣੇ ਨਾਲ ਪਰ ਬਹੁਤੇ ਲੋਕ ਨਹੀਂ ਜਾਣਦੇ ਹਕੀਕਤ ਨੂੰ ਜਦ ਆਵੜੇ ਯੂਸਫ ਕੋਲ ਤਾਂ ਤਾਂ ਜਿੱਤੋ ਸੁ ਵੱਖਰਾ ਬੁਲਾ ਕੇ ਆਪਣੇ ਕੋਲ ਪਰਾ ਆਪਣੇ ਨੂੰ ਕਾਠਿਓ ਸੁ ਮੈਂ ਜ਼ਰੂਰ ਤੇਰਾ ਪਰਾ ਗਮ ਨਾ ਕਰ ਉਸ ਕੰਮੋ ਜੋ ਕਰਦੇ ਰਹੇ ਨੇ ਫਿਰ ਜਦ ਤਿਆਰ ਕਰ ਦਿੱਤੋ ਸੁ ਉਹਨਾਂ ਨੂੰ ਅਸਬਾਬ ਉਹਨਾਂ ਦਾ ਰੱਖ ਦਿੱਤੋ ਸੁ ਪੀਣ ਵਾਲਾ ਪਾਂਡਾ ਆਪਣੇ ਭਰਾ ਦੀ ਬੋਰੀ ਵਿੱਚ ਫਿਰ ਆਵਾਜ਼ ਮਾਰੀ ਇੱਕ ਆਵਾਜ਼ ਮਾਰਨ ਵਾਲੇ ਨੇ ਉਹ ਕਾਫਲੇ ਵਾਲਿਓ ਤੁਸੀਂ ਜ਼ਰੂਰ ਹੀ ਚੋਰ ਹੋ ਆਖਿਓ ਨੇ ਨਾਲੇ ਮੂੰਹ ਕੀ ਤੋਂ ਨੇ ਉਹਨਾਂ ਵਾਲੇ ਕੀ ਕੁਝ ਗਵਾਚਾ ਜੇ ਆਖਿਓ ਨੇ ਗਵਾ ਬੈਠੇ ਆ ਅਸੀਂ ਟੋਪਾ ਬਾਦਸ਼ਾਹ ਦਾ ਤੇ ਜਿਸ ਨੇ ਉਹ ਲਿਆ ਦਿੱਤਾ ਉਹਦੇ ਲਈ ਭਾਰੇ ਇੱਕ ਉਠਦਾ ਤੇ ਮੈਂ ਉਸ ਦਾ ਜ਼ਮਨ ਆਖਿਓ ਨੇ ਸੌਏ ਅੱਲਾ ਦੀ ਤੁਸੀਂ ਜ਼ਰੂਰ ਜਾਣ ਚੁਕੇ ਹੋ ਜੇ ਅਸੀਂ ਖਰਾਬੀ ਕਰਨ ਲਈ ਨਹੀਂ ਆਏ ਇਸ ਮੁਲਕ ਵਿੱਚ ਤੇ ਨਾ ਅਸੀਂ ਚੋਰਾਂ ਆਖਿਓ ਨੇ ਫਿਰ ਕੀ ਸਜ਼ਾ ਉਹਦੀ ਜੇ ਹੋਵੋ ਤੁਸੀਂ ਝੂਠੇ ਆਖਿਓ ਨੇ ਸਜ਼ਾ ਉਹਦੀ ਗੁਲਾਮ ਬਣਾ ਲੈਣਾ ਉਹਦਾ ਏ ਜਿਸ ਦੀ ਬੋਰੀ ਵਿੱਚ ਮਿਲ ਜਾਏ ਸੋ ਉਹ ਹੀ ਸਜ਼ਾ ਉਹਦੀ ਇਸੇ ਤਰ੍ਹਾਂ ਜੀ ਸਜ਼ਾ ਦੇਣੀਆਂ ਦਾਲਵਾਨ ਨੂੰ ਫਿਰ ਯੂਸਫ ਸ਼ੁਰੂ ਕੀਤਾ ਸੁ ਵੇਖਣਾ ਉਹਨਾਂ ਦੀਆਂ ਬੋਰੀਆਂ ਪਹਿਲੇ ਆਪਣੇ ਭਰਾ ਦੀ ਬੋਰੀ ਦੇ ਫਿਰ ਉਹ ਕੱਢ ਲਈਓ ਸੁ ਆਪਣੇ ਭਰਾ ਦੀ ਬੋਰੀ ਵਿੱਚੋਂ ਇਸ ਤਰ੍ਹਾਂ ਦਾ ਸਖਾ ਦਿੱਤੋਈ ਅਸਾਂ ਯੂਸਫ ਨੂੰ ਇਹ ਨਹੀਂ ਸੀ ਫੜ ਸਕਦਾ ਭਰਾ ਆਪਣੇ ਨੂੰ ਮਿਸਰੀ ਬਾਦਸ਼ਾਹ ਦੇ ਕਾਨੂੰਨ ਵਿੱਚ ਪਰ ਜੋ ਚਾਹੇ ਅੱਲਾ ਅਸੀਂ ਉੱਚੇ ਕਰਨਿਆ ਦਰਜੇ ਜਿਸ ਦੇ ਚਾਹਨੇ ਆ ਤੇ ਹਾਲ ilm ਵਾਲੇ ਉੱਤੇ ਇੱਕ ilm ਵਾਲਾ ਏ ਆਖਿਓ ਨੇ ਜੀ ਇਹ ਚੋਰੇ ਕੁਝ ਅਚਾਰਕ ਨਹੀਂ ਚੁਰਾਇਆ ਸੀ ਇਹਦੇ ਇੱਕ ਭਰਾ ਨੇ ਵੀ ਇਦੋਂ ਪਹਿਲੇ ਫਿਰ ਛੁਪਾ ਰੱਖੀ ਇਹ ਗੱਲ ਯੂਸਫ ਨੇ ਆਪਣੇ ਜੀਵ ਵਿੱਚ ਤੇ ਨਾ ਜ਼ਾਹਿਰ ਕੀਤੀ ਉਹਨਾਂ ਅੱਗੇ ਆਖਿਓ ਸੂ ਤੁਸੀਂ ਬੁਰੇ ਰੁਤਬੇ ਵੱਲੋਂ ਤੇ ਅੱਲਾਹ ਖੂਬ ਜਾਣਦਾ ਜੋ ਬਿਆਨ ਕਰਦੇ ਹੋ ਆਖਿਓ ਨੇ ਅਜ਼ੀਜ਼ ਇਹਦਾ ਪਿਉ ਇਹ ਬੁੱਢਾ ਬੜਾ ਸੋ ਪਕੜਦਾ ਇੱਕ ਕਸਾ ਵਿੱਚੋਂ ਇਹ ਜਿਥਾਂ ਅਸੀਂ ਜ਼ਰੂਰ ਵੇਖਣੇ ਤੈਨੂੰ ਇਸ਼ਾਨ ਕਰਨ ਵਾਲਿਆਂ ਥੀ ਆਖਿਓ ਸੂ ਖੁਦਾ ਦੀ ਪਨਾਹ ਜੋ ਫੜੀਏ ਅਸੀਂ ਸਵਾਹ ਹੋ ਦੇ ਜਿਸ ਕੋ ਡਿੱਤੀ ਅਸਾਂ ਚੀਜ਼ ਆਪਣੀ ਦੂਜੇ ਨੂੰ ਰਖੀਏ ਤਦ ਜ਼ਰੂਰੀ ਜ਼ਾਲਮ ਆਸੀ ਹੇਜ ਜਦ ਨਾ ਉਮੀਦ ਹੋਏ ਉਸ ਤੋਂ ਵਖਰੇ ਬੈਠੇ ਸਲਾਹ ਕਰਨ ਨੂੰ ਆਖਿਆ ਵੱਡੇ ਨੇ ਉਹਨਾਂ ਦੇ ਨੇ ਭਲਾ ਤੁਸੀਂ ਨਹੀਂ ਜਾਣਦੇ ਹੋ ਜੋ ਪਿਓ ਤੁਹਾਡੇ ਨੇ ਲਿਆ ਸੀ ਤੁਸੀਂ ਤੋਂ ਇਕਰਾਰ ਅੱਲਾ ਦਾ ਤੇ ਪਹਿਲੇ ਇਸ ਦੇ ਜੋ ਕਸੂਰ ਕੀਤਾ ਜੀ ਯੂਸਫ ਦੇ ਮਾਮਲੇ ਵਿੱਚ ਸੋ ਮੈਂ ਹਰ ਗਿਜ ਨਾ ਛੱਡਾਂਗਾ ਇਹ ਮੁਲਕ ਜਦ ਤੀਕ ਹੁਕਮ ਨਾ ਦੇ ਮਿਲ ਨੂੰ ਪਿਓ ਮੇਰਾ ਜਾਂ ਨਬੇੜੇ ਅੱਲਾ ਹੀ ਮੇਰੇ ਵਾਸਤੇ ਤੇ ਉਹ ਚੰਗੇ ਨਬੇੜਨ ਵਾਲਿਆਂ ਦਾ मुड़ जाओ अपने प्यो वाल फिर आखो है प्यो तेरे पुत्र ने जरूर चुराया है ते नहीं गवाही दिखती पर जो असा मालूम किया बस्ती जिस विच अथोई यानी काफले वालू जिन्हों तर सचे हैं बाप ने आखिया सगो बना दि तहडे तो तो जिया ने कोई गल सो सबर है चंगा उम्मीद है जो अल्ला लै आ गा मेरे को सार् जरूर चिटिया हो गई सो ओ गम आखिया पुत्रा ने सो है अल्लाह दी हमेशा रेंगा तू याद कर दूसुफ नीक जो हो जावे तू बिमार या हो जावे तू मर वाल थी ਆਖਿਓ ਸੁ ਮੈਂ ਜ਼ाहिर ਕਰਨਾ ਦਰਦ ਤੇ ਗਮ ਆਪਣਾ ਨਿਰਾ ਅਲਾਗੇ ਤੇ ਮੈਂ ਜਾਣਨਾ ਅੱਲਾ ਵਲੋਂ ਜੋ ਤੁਸੀਂ ਨਹੀਂ ਜਾਣਦੇ ਹੋ ਐ ਮੇਰੇ ਪੁੱਤਰੋ ਜਾਓ ਫਿਰ ਟੁੰਡੋ ਯੂਸਫ ਤੇ ਉਹਦੇ ਪਰਾਂ ਨੂੰ ਤੇ ਨਾ ਉਮੀਦ ਨਾ ਹੋਵੋ ਅੱਲਾ ਦੀ ਮਿਹਰ ਤੋਂ ਐਓ ਗੱਲ ਏ ਜੋ ਜ਼ਰੂਰ ਨਾ ਉਮੀਦ ਨਹੀਂ ਹੁੰਦੇ ਅੱਲਾ ਦੀ ਮਿਹਰ ਤੋਂ ਪਰ ਬੇਈਮਾਨ ਲੋਕ ਫਿਰ ਜਦ ਆਵੜੇ ਯੂਸਫ ਕੋਲ ਆਖਿਓ ਨੇ ਐ ਅਜ਼ੀਜ਼ ਪਹੰਚੀਏ ਸਾਨੂੰ ਤੇ ਸਾਡੇ ਘਰ ਦੇਆਂ ਨੂੰ ਸਖਤੀ ਤੇ ਲਿਆਏ ਅਸੀਂ ਪੂੰਜੀ ਮਾੜੀ

ਆਖਿਓ ਨੇ ਸੌ ਅੱਲਾ ਦੀ ਜ਼ਰੂਰ ਵਢਾਈ ਦਿੱਤੀ ਤੈਨੂੰ ਅੱਲਾ ਨੇ ਸਾਡੇ ਉੱਤੇ ਤੇ ਅਸੀਂ ਜ਼ਰੂਰ ਉੱਕ ਗਏ ਸਾਬ ਜੇ ਨਹੀਂ ਤੇਰਾ ਸੁਪਨਾ ਦਰਸਤੀ ਤੇ ਸਾਡਾ ਦੁੱਖ ਕਰਨਾ ਗਲਤ ਆਖਿਓ ਜੂ ਕੋਈ ਲਾਮਾ ਨਹੀਂ ਤੁਹਾਡੇ ਸਿਰ ਅਜ ਬਖਸ਼ਿਆ ਅੱਲਾ ਤੁਹਾਨੂੰ ਤੇ ਉਹ ਬਦੇਲਾ ਮਿਹਰਬਾਨ ਨੇ ਸਭ ਮਿਹਰਬਾਨਾ ਥੀ ਲੈ ਜਾਓ ਇਹ ਕੁਰਤਾ ਮੇਰਾ ਫਿਰ ਇਹ ਪਾ ਦਿਓ ਮੇਰੇ ਪਿਓ ਦੇ ਮੂੰਹ ਤੇ ਹੋ ਜਾਏਗਾ ਸੁਜਾਖਾ ਤੇ ਲੈ ਆਓ ਮੇਰੇ ਕੋਲ ਕਰ ਜਿਆ ਆਪਣੇ ਸਾਰਿਆਂ ਨੂੰ ਤੇ ਗਾ ਦੇ ਮੇਸਰ ਤੋਂ ਨਿਕਲੇ ਸਿਥੋਈ ਕਿਨਾਨ ਵਿੱਚ ਆਖਿਆ ਉਹਨਾਂ ਦੇ ਪਿਓ ਨੇ ਮੈਨੂੰ ਜ਼ਰੂਰ ਹੀ ਖੁਸ਼ਬੂ ਆਉਂਦੀ ਹੈ ਯੂਸਫ ਦੀ ਜੇ ਕਦੇ ਨਾ ਆਖੋ ਮੈਨੂੰ ਬੁੱਢਾ ਬਹਿ ਗਿਆ ਘਰ ਵਾਲਿਆਂ ਆਖਿਓ ਨੇ ਸੋਹ ਅੱਲਾਹ ਜੀ ਤੂੰ ਜ਼ਰੂਰ ਹੀ ਆਪਣੇ ਪੁਰਾਣੇ ਖਬਤ ਵਿੱਚ ਫਿਰ ਜਦ ਆਇਆ ਖੁਸ਼ਖਬਰੀ ਦੇਣ ਵਾਲਾ ਪਾਦੇ ਤੋਂ ਸੂਹ ਕੁਰਤਾ ਉਹਦੇ ਮੂੰਹ ਤੇ ਫਿਰ ਮੁੜ ਕੇ ਹੋ ਗਿਆ ਸੁਝਾਖਾ ਇੱਕ ਤਰ੍ਹਾਂ ਨਾਲ ਮੌਜੂਦਾ ਸੀ ਆਖਿਓ ਸੂਹ भला नहीं सी, आख्या मैं तो जो मैं जरूर जानना अल्लाह वालों जो ती नहीं जानते आख ने प्यो सा बख्शवा देना अस जरूर खतावार आखियो फिर बख्शिश मांगागा तो रब तर बख्शन हार मेहरबान फिर जद आ बड़े यूसुफ को थान दि अपने को मां प्यो अपने आखियो तू सारे कुमे वाल चलो शहर नाल रहो। ते अपने नू ए मेरे दा जो आया सी पहले। कर दिता उस मेरे रब ने सचा तर एसान की तू मेरे न ज क्या उस मेनु कैद खाने लै आया तोड़ो पिछे इस दे बिगाड़ पाया शैतान ने मेरे मेरे भराव ਜ਼ਰੂਰ ਮੇਰਾ ਰੱਬ ਖੂਬ ਤਦਬੀਰ ਕਰ ਜਾਂਦਾ ਹੈ ਜਿਸ ਕੰਮ ਦੀ ਚਾਏ ਜ਼ਰੂਰ ਉਹ ਹੀ ਹੈ ਜਾਨੂ ਹਕਮਤਾਂ ਵਾਲਾ ਮੇਰੇ ਰੱਬਾ ਜ਼ਰੂਰ ਦਿੱਤੀਆ ਮੈਨੂੰ ਕੁਝ ਬਾਦਸ਼ਾਹੀ ਤੇ ਸਖਾਈ ਹੈ ਮੈਨੂੰ ਕੁਝ ਮੁਰਾਦ ਲੱਭਣੀ ਗੱਲਾਂ ਦੀ ਪੈਦਾ ਕਰਨ ਵਾਲਿਆ ਅਸਮਾਨਾਂ ਤੇ ਜ਼ਮੀਨ ਦਿਆ ਤੂੰ ਮੇਰਾ ਕੰਮ ਬਣਾਉਣ ਵਾਲਾ ਹੈ ਦੁਨੀਆਂ ਤੇ ਆਖਰਤ ਵਿੱਚ ਮਾਰੀ ਮੈਨੂੰ ਮੁਸਲਮਾਨ ਤੇ ਮਲਾਈ ਮੈਨੂੰ ਭਲੇ ਲੋਕਾਂ ਵਿੱਚ ਇਹਨੇ ਗੈਬੀ ਦੀਆਂ ਖਬਰਾਂ ਵਿੱਚੋ ਜੋ ਅਸੀਂ ਭੇਜਦੇ ਆ ਤੇਰੇ ਵੱਲ ਤੇ ਨਹੀਂ ਸੇ ਕੋਲੋਂ ਨ ਦੇ ਜਦ ਨiyet ਕੀਤੀ ਯੂਸਫ ਦੇ ਭਰਾਵਾਂ ਨੇ ਸਾਜ਼ਿਸ਼ ਦੀ ਤੇ ਨਹੀਂ ਬਹੁਤੇ ਲੋਕ ਮੰਨਣ ਵਾਲੇ ਭਾਵੇਂ ਦੇਖ ਕੇ ਹਿਰਸ ਪਿਆ ਕਰੇ ਤੇ ਨਹੀਂ ਮੰਗਣਾ ਉਹਨਾਂ ਤੋਂ ਇਸ ਉੱਤੇ ਕੁਝ ਮਜ਼ਦੂਰੀ ਕੁਝ ਹੋਰ ਨਹੀਂ ਹੈ ਪਰ ਨਸੀਅਤ ਸਾਰੇ जग ਲਈ ਤੇ ਬਤੇਰੀਆਂ ਨਿਸ਼ਾਨੀਆਂ ਨੇ ਆਸਮਾਨਾਂ ਤੇ ਜ਼ਮੀਨ ਵਿੱਚ ਲੰਘਦੇ ਨੇ ਉਹਨਾਂ ਦੇ ਕੋਲੋਂ ਹੀ ਪਰ ਉਹ ਲੋਕ ਉਹਨਾਂ ਵੱਲ ਤਵੱਜੋ ਨਹੀਂ ਕਰਦੇ ਤੇ ਮੰਦੇ ਬਹੁਤੇ ਉਹਨਾਂ ਦੇ ਅੱਲਾ ਨੂੰ पर नाले ओ शरीक भी कर देर ला आफत अल्लाह की उन्होंने कयामत अचानक भी ना हो मैं सदना अल्लाह वाल सोज क्या मैं नाले जड़ा मेरे ताबे होया है। ते खुदा बे ए बे नहीं मैं शिर ए बीब त नहीं भेजे पैगम्बर पहले तेरे पर इंसान ही ਉਹ ਕੰਪੇ ਜਿੰਨਿਆ ਸੀ ਉਹਨਾਂ ਬਾਦ ਦੇ ਉਹਨਾਂ ਹੀ ਸ਼ਹਿਰਾਂ ਦੇ ਰਹਿਣ ਵਾਲਿਆਂ ਵਿੱਚੋਂ ਭਲਾ ਇਹ ਲੋਕ ਫਿਰੇ ਨਹੀਂ ਮੁਲਕ ਵਿੱਚ ਤਾਂ ਵੇਖ ਜੇ ਕੀ ਕਰ ਹੋਇਆ ਉਹਨਾਂ ਦਾ ਜੋ ਇਹਨਾਂ ਤੋਂ ਪਹਿਲੇ ਸਨ ਤੇ ਘਰ ਆਖਰੰ ਦਾ ਚੰਗਾ ਬਚਣ ਵਾਲਿਆਂ ਲਈ ਕਿਉਂ ਫਿਰ ਅਕਲ ਨਹੀਂ ਕਰਦੇ ਹੋ ਇਥੋਂ ਤੱਕ ਜੋ ਜਦ ਨਾ ਉਮੀਦ ਹੋ ਗਏ ਪੈਗੰਬਰ ਤੇ ਗਮਾਨ ਕੀਤਾ ਉਹਨਾਂ ਦੇ ਨਾਲ ਦਿਆਂ ਨੇ ਜੋ ਉਹਨਾਂ ਨੂੰ ਝੂਠ ਆਖਿਆ ਗਿਆ ਸੀ ਤਾਂ ਆਈ ਉਹਨਾਂ ਨੂੰ ਮਦਦ ਸਾਡੀ ਫਿਰ ਬਚ ਗਿਆ ਜੇ ਸਾਨੂੰ ਅਸਾਂ ਚਾਹਿਆ ਤੇ ਨਹੀਂ ਮੁਰਦਾ ਅਜ਼ਾਬ ਸਾਡਾ ਪਾਪੀਆਂ ਲੋਕਾਂ ਤੋਂ ਜ਼ਰੂਰ ਆਇਆ ਉਹਨਾਂ ਦੇ ਕਿੱਸਿਆਂ ਵਿੱਚ ਇਬਰਤ ਕਰਨੇ ਦਾ ਥਾਂ ਅਕਲਾ ਵਾਲੇ ਲਈ ਇਹ ਕੁਰਾਨ ਅਜਿਹੀ ਗੱਲ ਨਹੀਂ ਜੋ ਕਟਲਿ ਬਣ ਜਾਏ ਪਰ ਸੱਚ ਆਖਦਾ ਆਪਣੇ ਤੋਂ ਪਹਿਲੀ ਕਿਤਾਬ ਨੂੰ ਤੇ ਜੁਦਾ ਜੁਦਾ ਬਿਆਨ ਹਰ ਚੀਜ਼ ਦਾ ਤੇ ਰਾਹ ਪਾਉਂਦਾ ਤੇ ਮਿਹਰ ਲੋਕਾਂ ਲਈ ਜਿਹੜੇ ਮੰਨਦੇ ਨੇ